ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਤੁਸਾਂ ਤੱਕੀ ਰਹੇ ਹੋ ਕਸ਼ਮੀਰ ਟੀਵੀ UK ਤੇ ਮੈਂ ਤੁਸਾਂ ਦਾ ਮੇਜ਼ਬਾਨ ਰਾਜਾ ਆਰਿਫ। ਅੱਛਾ ਹੁਣ ਜੀ ਮੈਂ ਅੱਗੇ ਵੀਡੀਓ ਇੱਕ ਦੋ ਰਿਕਾਰਡ ਕਰਾਏ ਨਾ ਬ੍ਰੈਡਫੋਰਡ ਵਿੱਚ, ਇਸ ਵਕਤ ਆਇਆ ਮੈਂ ਉਸ ਵਕਤ ਦੀ ਜ਼ਿੰਦਗੀ ਨੇ ਬਾਰੇ ਚ ਕੈਸਾ ਮਾਹੌਲ ਸੀ, ਕਿਸ ਤਰ੍ਹਾਂ ਲੋਕ ਰਹਿਣੇ ਸਨ, ਕਿਸ ਤਰ੍ਹਾਂ ਕੰਮ ਕਰਨੇ ਸਨ, ਅਸਾਂ ਕਿਵੇਂ ਇੱਥੇ ਆਏ ਹਾਂ, ਮਕਸਦ ਕਿਆ ਸੀ। ਤਾਂ ਉਹ ਸੀ ਮੈਂ ਨਾ ਸੋਸ਼ਲ ਲਾਈਫ ਨੇ ਬਾਰੇ ਚ ਮੈਂ ਨਾ ਦੋ ਵੀਡੀਓ ਜਿਹੜਾ ਰਿਕਾਰਡ ਕਰਾਏ ਨਾ, ਮੈਂ ਤਾਂ ਤੁਸਾਂ ਤੱਕੇ ਹੋ ਸਨ, ਪਸੰਦ ਵੀ ਕੀਤੇ ਹੋ ਸਨ, ਤਾਂ ਤੁਸਾਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਵੀ ਵਾਪਸ ਆਈਆਂ ਹੋ ਸਨ, ਸ਼ਾਇਦ ਕੋਈ ਗੱਲਾਂ ਕੋਈ ਰਹਿ ਵੀ ਗਈਆਂ ਹੋ ਸਨ, ਤੇ ਜੇ ਅਗਰ ਰਹਿ ਗਈਆਂ ਤਾਂ ਤੁਸਾਂ ਮਾੜੇ ਨਾਲ ਸ਼ੇਅਰ ਕਰੀ ਕਿਨੋ, ਤੇ ਹੋ ਸਕਦਾ ਕਿ ਅੱਜ ਦਾ ਫਿਰ ਕੁਦਰੇ ਜਿਹੜਾ ਨੂੰ ਉਹਨਾਂ ਉੱਪਰ ਗੱਲਬਾਤ ਕਰਾਂ। ਤੇ ਅੱਜ ਮੈਂ ਤੁਸਾਂ ਕਿ ਜਿਹੜਾ ਮੈਂ ਇਹ ਵੀਡੀਓ ਜਿਹੜਾ ਅਸਾਂ ਰਿਕਾਰਡ ਕਰੀ ਰਹੇ ਹਾਂ ਨਾ, ਉਹ ਮੈਂ ਤੁਸੀਂ ਦੱਸੀ ਰਿਹਾ ਕਿ ਉਸ ਵਕਤ ਅਸਾਂ ਦੀ ਦੀਨੀ ਲਾਈਫ ਜਿਹੜੀ ਆ ਨਾ ਉਹ ਕੈਸੀ ਸੀ। ਹੁਣ ਤਾਂ ਅਲਹਮਦੁਲਿਲਾ ਹਰ ਗਲੀ ਮੁਹੱਲੇ ਵਿੱਚ ਜਿਹੜਾ ਨਾ ਮਸਜਿਦ ਵੀ ਹੈ, ਦਰਸਗਾਹ ਵੀ ਹੈ, ਨਾ ਬੱਚੀਆਂ ਬੱਚੇ ਪੜ੍ਹਨੇ ਤੇ ਜਾਣੇ, ਵਾਲਦੈਨ ਵੀ ਬੜੇ ਜੋਸ਼ ਖਰੋਸ਼ ਨਾਲ ਆਪਣੀ ਬੱਚਿਆਂ ਕੀ ਮਸਜਿਦਾਂ 'ਚ ਭੇਜਣੇ, ਕੁਰਾਨ ਪਾਕ ਪੜ੍ਹਨੇ, ਇਫਜ਼ ਕਰਨੇ, ਹਰ ਸਹੂਲਤ ਹੁਣ ਮੁਯੱਸਰ ਹੈ। ਉਸ ਲਈ ਮੈਂ ਬ੍ਰੈਡਫੋਰਡ ਆਇਆ ਨਾ ਜੀ, ਉਹ ਅਰਲੀ 60s 'ਚ, ਉਹ ਇਹ ਹੈ ਕਿ ਉਸ ਵਕਤ ਇਹ ਮਸਲਾ ਕੋਈ ਮਸਜਿਦ ਕੋਈ ਨਾ ਤਾਂ ਕੋਈ ਬੁਨਿਆਦੀ ਸੀ ਅਤੇ ਨਾ ਕੋਈ ਮਕਾਨਾਂ 'ਚ ਕੋਈ ਪ੍ਰੋਪਰ ਬਣੀ ਸੀ। ਮੈਂ ਜਿਸ ਦਿਨ ਆਇਆ ਉਸ ਲੈ ਜਿਹੜੀ ਨਵੀਂ ਇੱਕ ਮਕਾਨ ਜਿਹੜਾ ਸੀ, ਹਾਰਵਰਡ ਸਟਰੀਟ ਹੈ, ਮੋਰਲੀ ਸਟਰੀਟ ਨੇ ਜਿਹੜਾ ਨਾ ਬਿਲਕੁਲ ਉਹ ਪਿੱਛੇ ਹੀ ਸੀ, ਉਹ ਜਿਹੜਾ ਨਾ ਉਹ ਉੱਥੇ ਇੱਕ ਮਕਾਨ ਸੀ ਕਿਸੇ ਜਿਹੜਾ ਨਾ ਕਨੀਤਾ ਦਾ, ਉਸਨੇ ਚ ਉਹਨਾਂ ਮਸਜਿਦ ਬਣਾਈ ਸੀ। ਅੱਛਾ ਹੁਣ ਉਹ ਹਾਰਵਰਡ ਸਟਰੀਟ ਕਾਫੀ ਦੂਰ ਪੈਣੀ ਹੈ, ਅਸਾਂ ਇੱਧਰ ਰਹਿਣੇ ਸਾਂ ਲੰਬ ਲੈਣੇ ਵਾਲੇ ਪਾਸੇ, ਤਾਂ ਇੱਥੋਂ ਕਾਫੀ ਦੂਰ ਪੈਣਾ ਸੀ, ਤਾਂ ਇੱਥੋਂ ਕਰਨਿਆਂ ਇੱਥੇ ਜੀ ਅੱਲਾ ਜਨਤ ਬਖਸ਼ਿਆ, ਜਿਹੜੇ ਨਾ ਜੀ ਪੀਰ ਸਾਹਿਬ ਜਿਹੜੇ ਫੌਤ ਹੋਏ ਨਾ ਆਪਣੇ ਪਿਛਲੇ ਦੋ ਹਫ਼ਤੇ ਹੋਈ ਗਏ, ਸਾਊਥ ਫੀਲਡ ਸਕੁਏਅਰ ਵਿੱਚ ਜਿਹੜਾ ਨਾ ਉਹਨਾਂ ਨਾ ਉਹ ਇੱਕ ਮਕਾਨ ਸੀ, ਉਹਨਾਂ ਆਪਣੇ ਮਕਾਨੇ ਵਿੱਚ ਜਿਹੜਾ ਨਾ ਉਹ ਬੜੇ ਨਮਾਜ਼ੀ ਅੱਛੇ ਨੇਕ ਆਦਮੀ ਸਨ, ਉਹਨਾਂ ਨੇ ਕਿਆ ਕੀਤਾ ਜੀ, ਉਹਨਾਂ ਆਖਿਆ ਆਪਣੇ ਜਿਹੜੇ ਸਾਥੀ ਸਨ ਨਾ ਕਿ ਤੁਸਾਂ ਇੱਥੇ ਨਮਾਜ਼ ਜਿਸ ਪੜ੍ਹਨੀ ਹੈ ਨਾ, ਉਹ ਫਰੰਟ ਰੂਮ ਉਹਨਾਂ ਜੀ ਵਕਫ ਕੀਤੀ, ਅੱਛੋ ਜੀ ਇੱਥੇ ਸਾਰੇ ਨਾ ਇਕੱਠੇ ਸਨ ਨਮਾਜ਼ ਪੜ੍ਹੀ ਕਰਿਆ ਕਰੋ। ਔਰ ਉਹਨਾਂ ਨੇ ਜਿਹੜਾ ਨਾ ਅਗਰ ਬ੍ਰੈਡਫੋਰਡ ਵਿੱਚ ਮੈਂ ਸਮਝਣਾ ਅਗਰ ਦੀਨ ਨਾਲ ਕਿਸੇ ਕੰਮ ਕੀਤਾ ਨਾ, ਤਾਂ ਪੀਰ ਮਾਰੂਫ ਜਿਹੜੇ ਸਨ ਜੀ ਉਹਨਾਂ ਨਾਲ ਬੜਾ ਕਿਰਦਾਰ ਹੈ, ਉਹ ਸਭ ਜਿਹੜਾ ਇਹੋ ਜਿਹਾ ਕਦਮ ਜਿਹੜਾ ਲੋਕਾਂ ਦੀ ਬੁਲਾਈ ਤਹਿਤ ਨਮਾਜ਼ ਪੜ੍ਹਾਉਣਾ। ਔਰ ਇਹ ਮੈਂ ਤੁਸੀਂ ਦੱਸਾਂ ਜੀ, ਉਸ ਲੈ ਆਇਆ ਸਰਦੀਆਂ ਪਹੁੰਚਣੀਆਂ ਸਨ, ਉਸ ਲੈ ਤਾਂ ਲੈ ਵੀ ਕੋਈ ਨਹੀਂ ਸੀ ਚੜ੍ਹਨਾ, ਹਰ ਵਕਤ ਮਿਲਾਂ। ਅੱਛਾ ਜੀ ਬ੍ਰੈਡਫੋਰਡ ਵਿੱਚ ਮੈਂ ਸੁਣਿਆ ਤਕਰੀਬਨ ਕੋਈ 150 ਨੇ ਤੋਂ ਜ਼ਿਆਦਾ ਕੋਈ ਮਿਲ ਜਿਹੜੀ ਹੈ ਨਾ ਇਹ ਬ੍ਰੈਡਫੋਰਡ ਵਿੱਚ ਹੋਣੀ ਸੀ, ਤਾਂ ਉਹਨਾਂ ਵਿੱਚ ਰੇਲੀ ਕੋਲਾ ਜਿਹੜਾ ਨਾ ਉਹ ਬਾਣੇ ਹੋਣੇ ਸਨ, ਜਿਹੜੇ ਅੱਗ ਛੱਗ ਹੋਈ ਜਿਹੜਾ ਨੇ ਜੀ ਉਹ ਹੀਟਿੰਗ ਸਿਸਟਮ ਚਲਾਉਣੇ ਵਾਸਤੇ, ਤਾਂ ਧੂੰਆਂ ਹੀ ਧੂੰਆਂ ਬਾਹਰ ਆਉਣਾ ਸੀ, ਮਕਾਨ ਵੀ ਕਾਲੇ ਹੋਣੇ ਸਨ, ਤਾਂ ਬਾਹਰ ਵੀ ਜਿਹੜਾ ਨਾ ਹਰ ਇੱਕ ਗੁਬਾਰ ਹੀ ਪੇ ਆਉਣਾ ਸੀ। ਤੇ ਉਸ ਲੈ ਨਾ ਤਾਂ ਕਦੇ ਦੈ ਚੜ੍ਹਨਾ ਤੱਕਿਆ ਸੀ ਤੇ ਨਾ ਢੱਲਾਂ ਤੱਕਿਆ ਸੀ, ਤੇ ਉਹ ਹੈ ਕਿ ਫਿਰ ਟਾਈਮ ਟੇਬਲ ਵੀ ਕੋਈ ਨਹੀਂ ਸੁਣਾਉਣੇ, ਪਰ ਇਹ ਹੈ ਕਿ ਫਿਰ ਇਹ ਟਾਈਮ ਟੇਬਲ ਉਸ ਲੈ ਕੁਦਰਿਆ ਨਾ ਦੂਰੋਂ ਬੜਿਆਂ ਸ਼ਹਿਰਾਂ ਵਿੱਚੋਂ ਜਾਂ ਅੱਗੋਂ ਪਿੱਛੋਂ, ਇਹ ਨਹੀਂ ਪਤਾ ਕਿਸ ਤਰ੍ਹਾਂ ਕੋਈ ਨਾ ਉਹਨਾਂ ਨੇ ਬੜਾ ਟਾਈਮ ਟੇਬਲ ਉਹਨਾਂ ਕੱਢੀ ਕਹਿੰਦੇ ਸਨ, ਤਾਂ ਉਹ ਕਰੀ ਤਾਂ ਇਸ ਟਾਈਮ ਨਾਲ ਜਿਹੜਾ ਨਮਾਜ਼ਾਂ ਹੋਣੀਆਂ, ਤਾਂ ਉਹ ਫਿਰ ਲੋਕ ਜਾਣੇ ਹੋਣੇ ਸਨ ਜੀ ਉੱਥੇ ਜਿਹੜੇ ਜਿਹਨਾਂ ਪਤਾ। ਅੱਛਾ ਮਸਲਾ ਇਹ ਸੀ ਲੋਕ 12-12 ਘੰਟੇ 10-10 ਘੰਟੇ ਜਿਹੜੀਆਂ ਸ਼ਿਫਟਾਂ ਕਰਨੇ, ਮੈਂ ਆਪਣੀ ਤੁਸੀਂ ਦੱਸਣਾ ਮੈਂ ਪਹਿਲੋਂ ਮੈਂ ਜਿਹੜਾ ਨਾ ਮੈਂ ਜਿਹੜਾ ਨਾ 10 ਘੰਟੇ ਸ਼ਿਫਟਾਂ ਕਰਨਾ ਸਾਂ, ਫਿਰ ਮਿਕੀ ਨਾ ਇੱਕ ਦੋ ਹੀ ਮਿਲਿਆ ਜਿਸਲਾ ਮੈਂ ਕੰਮ ਛੋੜੀ ਤਾਂ ਲੱਗੀ ਗਿਆ, ਉੱਥੇ ਜੀ 13 ਘੰਟੇ ਦੀ ਸ਼ਿਫਟ ਸ਼ੁਰੂ ਹੋਏਗੀ, ਔਰ ਉੱਥੇ ਜ਼ਾਹਿਰ ਹੈ ਫਿਰ 13 ਘੰਟੇ ਬਹੁਤ ਸਾਰੀ ਡਿਊਟੀ ਹੋਣੀ ਹੈ, ਸਾਰੀ ਰਾਤ ਜਿਹੜਾ ਨਾ ਜੀ ਦੌੜਨੇ ਰਹੋ ਅਤੇ ਕੰਮ ਕਰਨੇ ਰਹੋ,
ਤਾਂ ਮਸਜਿਦਾਂ 'ਚ ਵਿੱਚ ਵੀ ਲਾ ਲਓ ਘੱਟ ਹੀ ਕੋਈ ਜਾਣਾ ਸੀ ਤਾਂ ਆਏ ਜਾਏ ਤਾਂ ਜਿਹੜੇ ਨਮਾਜ਼ੀ ਐਸ ਨੇ ਜੀ ਉਹ ਨਮਾਜ਼ ਘਰ ਵੀ ਜਿਹੜੇ ਨੇ ਉਹਨੂੰ ਮਸੱਲਾ ਰੱਖੇ ਆਉਣਾ ਸੀ ਤਾਂ ਉਹ ਆਪਣੀ ਸ਼ੇਅਰ ਦੀ ਕਰੀ ਤਾਂ ਇੱਧਰ ਲਹਿੰਦਾ ਤਾਂ ਇੱਧਰ ਲਾ ਲਓ ਉੱਧਰ ਮੂੰਹ ਖਾਈ ਤਾਂ ਜੀ ਉਹ ਨਮਾਜ਼ ਜਿਹੜੀਆਂ ਨੇ ਪੜ੍ਹਨੇ ਵਾਲੇ ਸਨ। ਫਿਰ ਜਿੱਥੇ ਤੱਕ ਤਲਕ ਹੈ ਜੀ ਈਦ ਨਾ, ਉਸਲੇ ਕੋਈ ਜੇ ਮੈਂ ਆਖਾਂ ਨਾ ਕੋਈ ਇਜਤਮਾਈ ਈਦ ਆ, ਫਿਰ ਵੀ ਇਹੀ ਦੋ ਜਗ੍ਹਾ ਸਨ, ਜਾਂ ਆਵਰਡ ਸਟਰੀਟ ਤੇ ਜਾਂ ਜਿਹੜੀਆਂ ਨੇ ਸਾਊਥ ਫੀਲਡ ਸਕੁਏਅਰ। ਅੱਛਾ ਸਾਊਥ ਫੀਲਡ ਜਿਹੜਾ ਸੀ ਨਾ ਜਿਹੜੀ ਇਸਨੇ 'ਚ ਮਸਲਾ ਸੀ, ਸ਼ਾਇਦ ਤੋਂ ਕੋਈ ਪੁਰਾਣੇ ਫੋਟੋ ਤੱਕੇ ਹੋ ਸਨ, ਉੱਥੇ ਕਿਉਂ ਲੱਗੇ ਹੋਣੇ ਸਨ ਪਿੱਛੇ ਮਤਲਬ ਹੈ ਕੋਈ 100 ਜਾਂ 200 ਬੰਦਾ ਥਾ ਚਲਾ ਗਿਆ ਹੁਣ ਅੰਦਰ ਕਰ ਵੈਸੇ ਹੁਣ ਇੱਕ ਕਮਰੇ 'ਚ ਜਾਂ ਦੋ ਕਮਰਿਆਂ ਜਾਂ ਪਿਛਲਾ ਲਿਵਿੰਗ ਰੂਮ ਵਿੱਚ ਹੀ ਉੱਥੇ ਨਮਾਜ਼ ਪੜ੍ਹਨੇ ਤੇ ਕਿਤਨੀਆਂ ਕੁ ਜਗ੍ਹਾ ਸੀ ਉੱਥੇ ਜਿਹੜਾ ਸੀ ਉਹ ਪੜ੍ਹੀ ਰਹਿਣੇ ਸਨ ਤਾਂ ਫਿਰ ਦੂਏ ਜਾਣੇ ਸਨ ਫਿਰ ਉਹ ਲਿਖਣੇ ਸਨ, ਮਤਲਬ ਹੈ ਇਸੇ ਤਰ੍ਹਾਂ ਨਾਲ ਘੰਟਾ ਲੱਗੀ ਜਾਣਾ ਸੀ ਜੇ ਉਹ ਨਮਾਜ਼ਾਂ ਇਸ ਤਰ੍ਹਾਂ ਪੜ੍ਹ ਲਾਉਣੀਆਂ ਸਨ। ਜ਼ਿਆਦਾਤਰ ਘਰ ਹੀ ਪੜ੍ਹਨੇ ਸਨ। ਰੋਜ਼ੀਆਂ ਨੇ ਜਿਹੜਾ ਨੇ ਜੀ ਉਸਲੇ ਨਾ ਦਿੱਤਾ, ਅਸਾਂ ਪਾਕਿਸਤਾਨ ਤੇ ਲੇ ਸਾਂ, ਅਜ਼ਾਨ ਹੋਣੀ ਸੀ, ਰੋਜ਼ਾ ਖੋਲਿਆ ਹੋਈ ਜਾਂ ਸੁਬਾਹ ਸਰਗੀ ਨਹੀਂ ਹੋਈ, ਇੱਥੇ ਉਹ ਗੱਲ ਵੀ ਕੋਈ ਨਹੀਂ ਸੀ। ਇਸ ਤਰ੍ਹਾਂ ਅਲਾਰਮ ਲਾਏ ਹੋਣੇ ਸਨ, ਸਵੇਰੇ ਟਾਈਮ ਟੇਬਲਾਂ ਪਰ ਦੱਸੀ ਹੋਣੇ ਸਨ ਕਿ ਇਸਲੇ ਜੀ ਰੋਜ਼ਾ ਬੰਦ ਹੋਣਾ ਹੈ ਤਾਂ ਇਸਲੇ ਰੋਜ਼ਾ ਖੁੱਲ੍ਹਣਾ ਹੋਵੇ। ਅਤੇ ਉਸਲੇ ਇਸ ਤੋਂ ਇਲਾਵਾ ਕੋਈ ਹੋਰ ਕੋਈ ਐਸਾ ਕੋਈ ਮਰਕਜ਼ ਹੀ ਨਹੀਂ ਸੀ ਜਿਹੜਾ ਨਾ ਕਿ ਉਸਨੇ ਜਿਹੜਾ ਨਾ ਕੋਈ ਇਹੋ ਜਿਹਾ ਹੋਵੇ। ਤਾਂ ਮੈਂ ਤਾਂ ਦੱਸਣਾ ਜੀ ਉਸਲੇ ਇਹ ਜਿਹੜਾ ਸ਼ੁਰੂ ਕੀਤਾ ਨਾ ਆਪਣੇ ਪੀਰ ਮਾਰੂਫ ਨਾਲ ਕੰਮ, ਉਹ ਫਿਰ ਹੈ ਕਿ ਅੱਲਾਹ ਕੀਤਾ ਉਸ ਤੋਂ ਬਾਅਦ ਆਸਤਾ ਆਸਤਾ ਜਿਹੜਾ ਨਾ ਫਿਰ ਕੰਮ ਇਹ ਵਧਣਾ ਗਿਆ, ਫਿਰ ਮਸਜਿਦਾਂ ਵੀ ਬਣਨੀਆਂ ਸ਼ੁਰੂ ਹੋਗੀਆਂ। ਲੇਕਿਨ ਓਰੀਜਨਲੀ ਜਿਹੜਾ ਜੀ ਬ੍ਰੈਡਫੋਰਡ ਕਿਤਨੀ ਬੜੀ ਸਿਟੀ ਹੈ, ਇਸ ਲਈ ਮੈਂ ਸੁਣਿਆ ਕਿ 200-250 ਉੱਥੇ ਮਸਜਿਦਾਂ ਜਾਂ ਮਦਰਸੇ ਹਨ। ਅੱਲਾਹ ਤਾਲਾ ਹੋਰ ਲੋਕਾਂ ਕੀ ਤੋਫੀਕ ਦੇ ਕੇ ਦੀਨੀ ਕੰਮ ਵਾਸਤੇ ਜਿਹੜਾ ਉਹ ਕੰਮ ਕਰਨੇ, ਅੱਲਾਹ ਦੀ ਜ਼ਾਤ ਇਸ ਨਾਲ ਅਜਰ ਦੇਣੀ ਹੈ। ਔਰ ਇਸ ਨੇ ਜਿਹੜੀ ਹੈ ਨਾ ਕਿ ਮੈਂ ਬੁਨਿਆਦ ਮੈਂ ਦੱਸਣ ਇਹ ਜਿਹੜੀ ਹੈ ਨਾ ਇਸੇ ਰਾਹ ਜਾਣਾ ਪੀਰ ਮਾਰੂਫ ਔਰਾਂ ਪ੍ਰੀਆ ਕਿ ਉਹਨਾਂ ਨੇ ਜਿਹੜਾ ਨਾ ਸਭ ਤੋਂ ਪਹਿਲਾਂ ਆਪਣੇ ਘਰਾਂ ਵਿੱਚ ਜਿਹੜਾ ਨਾ ਇਹ ਕੰਮ ਸ਼ੁਰੂ ਕੀਤਾ ਸੀ। ਅਤੇ ਬਾਕੀ ਜਿਹੜਾ ਜੀ ਕਈ ਅਸਾਂ ਅੱਛਾ ਕੰਮਾਂ ਨੇ ਮੈਂ ਦੱਸਾਂ ਈਦ ਵਾਲੇ ਦਿਹਾੜੇ ਵੀ ਅਸਾਂ ਛੁੱਟੀ ਕੋਈ ਨਹੀਂ ਸੀ ਕਰਨਾ ਉਹਨੇ, ਪਹਿਲੀ ਤਾਂ ਗੱਲ ਹੈ ਪਤਾ ਹੀ ਕੋਈ ਨਹੀਂ ਸੀ ਲੱਗਣਾ ਵੀ ਅੱਜ ਅੱਜ ਈਦ ਹੈ ਵੀ ਆ ਜਾਂ ਕੋਈ ਨਹੀਂ ਹੈ। ਉਸਲੇ ਪਾਕਿਸਤਾਨ ਨਾਲ ਰਾਬਤਾ ਹੋਣਾ ਸੀ, ਹੁਣ ਜਾਂ ਨਾ ਆਖੋ ਨਾ ਕਿ ਇੱਧਰ ਸਾਊਦੀਆ ਨਾਲ ਜਾਂ ਮਰਾਕਸ਼ ਨਾਲ ਕੋਈ ਘੱਟ ਹੀ ਕੁਛ ਕੋਈ ਰਾਬਤੇ ਹੋਣੇ ਸਨ। ਪਾਕਿਸਤਾਨ ਨੂੰ ਕੋਈ ਸਾਡਾ ਖੱਤ ਅਛਣਾ ਸੀ ਤਾਂ ਉਹ ਦੱਸ ਰਹੇ ਸਨ ਕਿ ਫਲਾਣੀ ਤਾਰੀਖ ਜਿਹੜਾ ਨੇ ਈਦ ਹੈ, ਤਾਂ ਚਲੋ ਜੀ ਉਹ ਈਦ ਵੀ ਅਸਾਂ ਕੰਮਾਂ ਪਰ ਹੀ ਕਰਨੇ ਸਾਂ, ਜਾਂ ਫਿਰ ਘਰ ਛੁੱਟੀ ਕਰੀ ਨਾ ਸੀ ਜਾਂ ਛੁੱਟੀਆਂ ਦੇਣੇ ਸਨ ਅਸਾਂ ਕਿ ਮਿਲਾਂ ਵਾਲੇ ਉਹ ਕੋਈ ਨਹੀਂ ਸਨ ਦੇਣੇ, ਅਸਾਂ ਘਰ ਹੀ ਬਹਿਤਾ ਉਹ ਅਸਾਂ ਜਦੋਂ ਆਇਆ ਤਾਂ ਉਸੇ ਤਰ੍ਹਾਂ ਆਮ ਨਾਰਮਲ ਡੇ ਹੋਣਾ, ਸਾਡੀ ਈਦ ਵੀ ਉਸੇ ਤਰ੍ਹਾਂ ਗੁਜ਼ਰੀ ਜਾਣੀ ਸੀ, ਸਾਡੇ ਰੋਜ਼ੇ ਵੀ ਇਸੇ ਤਰ੍ਹਾਂ ਹੀ ਗੁਜ਼ਰੀ ਜਾਣੇ ਸਨ। ਅਤੇ ਬਾਕੀ ਜੇ ਆਖਾਂ ਕੋਈ ਬੱਚੀਆਂ ਬੱਚੇ ਲੋਕਾਂ ਨੇ ਕੋਈ ਮਦਰਸਿਆਂ ਭੇਜਣੇ ਸਨ ਪੜ੍ਹਨੇ ਖੇਡਣੇ ਤੇ ਵੀ ਉਹ ਵੀ ਕੋਈ ਨਹੀਂ, ਮੈਂ ਉਸਲੇ ਪਹਿਲੀ ਗੱਲ ਹੈ ਫੈਮਲੀਆਂ ਹੀ ਉਸਲੇ ਕੋਈ ਨਹੀਂ ਸਨ। ਲੇਕਿਨ ਬਾਅਦ ਵਿੱਚ 64 ਵਿੱਚ 65 ਵਿੱਚ ਜਿਹੜਾ ਨਾ ਫਿਰ ਇੱਥੇ ਕੋਈ ਕਾਨੂੰਨ ਬਣਿਆ ਸੀ ਕਿ ਜਿਹੜੇ ਵਾਲਦੈਨ ਜਿਹੜੇ ਨਾ ਸਿਰਫ ਬੱਚੇ ਜਿਹੜੇ ਨਾ ਆਪਣੇ ਵਾਲਦੈਨ ਉਹ ਸਪਾਂਸਰ ਕਰ ਸਕਣੇ, ਵੈਸੇ ਨਹੀਂ ਆਈ ਸਕਣੇ, ਕਿਉਂਕਿ ਮੈਂ ਆਇਆ ਸਾਂ, ਮੈਂ ਪਹਿਲੂ ਆਇਆ ਸਾਂ, ਉਸਲੇ ਇਹ ਸ਼ਰਤਾਂ ਕੋਈ ਨਹੀਂ ਸੁਣਾਉਣੀਆਂ। ਅਤੇ ਮਾੜੇ ਆਏ ਫਿਰ ਇੱਕ ਇਮੀਗ੍ਰੇਸ਼ਨ ਨੇ ਕਾਨੂੰਨ ਬਣੇ, ਫਿਰ ਜਿਹੜੇ ਨਾ ਬੱਚੀਆਂ ਬੱਚੇ ਆਉਣੇ ਸ਼ੁਰੂ ਹੋ ਗਏ, ਫਿਰ ਲੋਕਾਂ ਨੇ ਘਰਾਂ ਵਿੱਚ ਵੀ ਜਿਹੜਾ ਨੇ ਜੇ ਕੋਈ ਔਰਤਾਂ ਅਗਰ ਪੜ੍ਹੀਆਂ ਸਨ ਕੁਰਾਨ ਤਾਂ ਉਹ ਫਿਰ ਲੋਕ ਆਪਣੀ ਬੱਚੀਆਂ ਕੀ ਜਿਹੜਾ ਨਾ ਜਾਂ ਉਹ ਭੇਜੀ ਦਿੱਤਾ ਉਹਨਾਂ ਨੇ ਘਰ ਕੁਰਾਨ ਪਾਕ ਪੜ੍ਹਨੇ ਵਾਸਤੇ, ਤਾਂ ਕੋਈ ਦੀਨੀ ਜਿਹੜੀ ਹੈ ਨਾ ਇਸ ਤਰ੍ਹਾਂ ਤਬਲੀਗ ਹੋਣੀ ਸੀ। ਫਿਰ ਉਸ ਤੋਂ ਮਾੜੇ ਤਕੜੇ ਤਕੜੇ ਜੀ ਫਿਰ ਜਿਹੜਾ ਨਾ ਤਬਲੀਗੀ ਜਮਾਤ ਵਾਲੇ ਜਿਹੜੇ ਸਨ ਜੀ ਇਹਨਾਂ ਨਾਲ ਵੀ ਬੜਾ ਕਿਰਦਾਰ ਹੈ, ਇਹ ਲੋਕ ਜਿਹੜੇ ਜਿਸ ਵਕਤ ਆਏ ਨਾ ਔਰ ਇੰਨਾ ਫਿਰ ਕਿਆ ਕਰਨਾ ਵੇ ਜਿਹੜਾ ਨਾ ਲੋਕਾਂ ਨੇ ਘਰਾਂ ਘਰਾਂ ਵਿੱਚ ਵੀ ਜਾਣਾ, ਦੁਕਾਨਾਂ ਪਰ ਜਾਣਾ, ਘਰਾਂ ਘਰਾਂ 'ਚ ਜਾਣਾ, ਲੋਕਾਂ ਕੀ ਦਾਵਤ ਦੇਣ ਦਾ ਆਖਣਾ ਸਾਂ ਜੀ ਫਲਾਣੀ ਜਗ੍ਹਾ ਅਸਾਂ ਠਹਿਰੇ ਹਾਂ, ਫਲਾਣੇ ਘਰ ਠਹਿਰੇ ਹਾਂ, ਤਾਂ ਤੁਸੀਂ ਅੱਛੇ ਦੱਸਾਂ ਦੀਨੀ ਤਬਲੀਗ ਕਰ ਸਾਂ, ਤਾਂ ਉਸ ਵਕਤ ਇਹ ਹੈ ਕਿ ਜੀ ਆਉਣਾ ਸੀ। ਉਸ ਤੋਂ ਇਲਾਵਾ ਜੇ ਮੈਂ ਤੁਸੀਂ ਆਖਾਂ
ਜਿਤਨਾ ਅੱਲਾ ਨਾਲ ਬੜਾ ਕਰਮ ਹੈ ਜਿਹੜਾ ਅੱਜ ਕੱਲ੍ਹ ਹੈ ਲੋਕਾਂ ਪਰ, ਬੜਾ ਅੱਲਾ ਨਾਲ ਅਹਿਸਾਨ ਹੈ ਕਿ ਇਤਨੀ ਸਹੂਲਤ ਹੈ, ਤਾਂ ਜੇ ਫਿਰ ਵੀ ਨਾ ਅਸਾਂ ਇਸਦੇ ਕੋਲੋਂ ਕੁਝ ਫਾਇਦਾ ਕਿ ਨਾ, ਤਾਂ ਫਿਰ ਅਸਾਂ ਦੀ ਬਦਕਿਸਮਤੀ ਹੈ। ਲੇਕਿਨ ਸ਼ੁਕਰ ਅਲਹਮਦੁਲਿਲਾ ਇਸ ਮੁਲਕ ਜਿਹੜਾ ਨਾ ਅਸਾਂ ਕੀ ਬੜੀ ਸਹੂਲਤ ਦਿੱਤੀ ਆ, ਔਰ ਦੀਨ ਨੇ ਲਿਹਾਜ਼ ਨਾਲ ਜੀ ਜਿਤਨੀਆਂ ਸਹੂਲਤਾਂ ਅਸਾਂ ਕਿ ਇਸ ਮੁਲਕ ਹੈ ਵਿੱਚ ਅਸਾਂ ਕੀ ਮਿਲੀਆਂ ਨੇ, ਇਤਨੀਆਂ ਤਾਂ ਖਿਆਲ ਪਾਕਿਸਤਾਨ ਵਿੱਚ ਵੀ ਨਾ ਮਿਲਣੀਆਂ ਉਸ, ਤੇ ਜਿਹਨਾਂ ਜਿਹਨਾਂ ਦੀ ਕੰਟਰੀਬਿਊਸ਼ਨ ਹੈ ਜੀ, ਮੈਂ ਤੇ ਨਾ ਸਾਰਿਆਂ ਕੀ ਜੀ ਇਹੀ ਦੁਆ ਕਰਨਾ ਅੱਲਾਹ ਤਾਲਾ ਉਹਨਾਂ ਕੀ ਅਜਰੇ ਅਜ਼ੀਮ ਮਿਲਿਆ। ਤੇ ਅੱਜ ਨਾ ਮੈਂ ਜਿਹੜਾ ਨਾ ਵੀਡੀਓ ਇਤਨਾ ਹੀ ਹੈ, ਤੇ ਮੈਂ ਸੋਚੀ ਸੀ ਕਿ ਥੋੜ੍ਹੀ ਜਿਹੀ ਮੈਂ ਉਸ ਵਕਤ ਦੀਆਂ ਜਿਹੜੀ ਕਿਤਨੀਆਂ ਤਕਲੀਫਾਂ ਸਨ ਜਾਂ ਕਿਹੜੀਆਂ ਮੁਸ਼ਕਲਾਂ ਸਨ ਉਹ ਮੈਂ ਤੁਸੀਂ ਦੱਸਣਾ ਇਹ ਸੀ ਕਿ ਉਸ ਵਕਤ ਦਾ ਜ਼ਮਾਨਾ ਜਿਹੜਾ ਨਾ ਉਹ ਐਸਾ ਤਰੀ ਸੀ ਜੀ ਹੈ। ਤੇ ਅੰਟਲ ਨੈਕਸਟ ਵੀਡੀਓ, ਅੱਲਾਹ ਸੁਣਨ ਵਾਲਾ।